हेलो इन्हों पुछ कमेटी ना तो कहते करा दो उधर पुछ ला बाकी पुछ ਬਾਈ ਜੀ ਖੇੜੀ ਮਾਨ ਸਿੰਘ ਦੀ ਟੀਮ ਅੱਜ ਗਰਾਊਂਡ ਨੰਬਰ 2 ਦੇ ਵਿੱਚ ਜੀ ਖੇੜੀ ਮਾਨ ਸਿੰਘ ਤੇ ਖਨਾਲ ਸੀ ਦਾ ਦੂਜਾ ਸੈਮੀਫਾਈਨਲ ਖੇਡੇ ਜਾਣਾ 2 ਨੰਬਰ ਗਰਾਊਂਡ ਚਾਰ ਟੀਮਾਂ ਜੀ ਖੇੜੀ ਮਾਨ ਸਿੰਘ ਦਾ ਮੈਚ ਹੈ ਖਨਾਲ ਦੀ ਸੀ ਟੀਮ ਦੇ ਨਾਲ ਇਹ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਇਧਰ ਪਹਿਲਾ ਸੈਮੀਫਾਈਨਲ ਮੈਚ ਖੇਡੇ ਜਾ ਰਿਹਾ ਢਾਬਾ ਵਾਲੇ ਸ਼ੇਰੂ ਨੇ ਸਰਵਿਸ ਕਰ ਦਿੱਤੀ ਹੈ ਇੱਥੇ ਠੀਕ ਹੈ ਓਕੇ ਜੀ ਆਓ ਬੱਲੇ ਪਰ ਮੈਂ ਕਮਾਲ ਕਰ ਦਿੱਤੀ ਹੈ ਸਣੀ ਦੇ ਸੱਤਾ ਖੇਡਦਾ ਖਨਾਲ ਦੇ ਵੀਰੇ ਦੂਜਾ ਸੈਮੀ ਉਹਨਾਂ ਦਾ 3 ਪੁਆਇੰਟ ਹੋ ਗਿਆ ਕੋਈ ਇੱਧਰ 1 ਹੋ ਗਿਆ 2 ਉੱਧਰ ਖੇੜੀ ਮਾਨ ਸਿੰਘ ਨੇ ਦੱਸਿਆ ਉੱਧਰ ਦੀ ਖਾਤਾ ਖੋਲਿਆ 2 ਨੰਬਰ ਹੈ ਜਿਹੜੇ ਉਹ ਚੈਣਿਆਂ ਵਾਲੀ ਟੀਮ ਦੇ ਢਾਬਾ ਵਾਲਾ ਸ਼ੇਰੂ ਕਮਾਲ ਦਾ ਪ੍ਰਦਰਸ਼ਨ ਕਰੀ ਆ ਰਿਹਾ ਹੈ ਤੇ ਚੈਣਿਆਂ ਆਲਦਾ ਕਹਿੰਦੇ ਪਰਮਾ ਉਹ ਬੱਲੇ ਮੁੰਡਿਆ ਕਮਾਲ ਕਰੀ ਪਈ ਹੈ ਸਾਹਮਣੇ ਖੇਡ ਦੇ ਮੈਦਾਨ 'ਚ ਤੀਜੇ ਨੰਬਰ ਦੇ ਲਈ ਟਰਾਈ ਜਿਹੜੀ ਕਰ ਦਿੱਤੀ ਹੈ ਦੇਖਾਂਗੇ ਕੌਣ ਨੰਬਰ ਜੋੜਦਾ ਇੱਧਰ ਢਾਬਾ ਵਾਲਾ ਸ਼ੇਰੂ ਆ ਸੈਂਟਰ 'ਚ ਨਾਲ ਸੱਜੇ ਪਾਸੇ ਚੈਣਿਆਂ ਵਾਲੀ ਪਿੰਡ ਦਾ ਗੁਰਜੀਤ ਹੈ ਇਹ ਵੀ ਬੜਾ ਮਿਹਨਤੀ ਖਿਡਾਰੀ ਹੈ ਤੇ ਨਾਲ ਖੱਬੇ ਪਾਸੇ ਛਤੀਰ ਵਾਲੀ ਪਿੰਡ ਦਾ ਸਚਨ ਆ ਉਹ ਬੱਲੇ ਆ ਮੁੰਡਾ ਵੀ ਕਹਿੰਦੇ ਬੜਾ ਦਿਮਾਗੀ ਹੈ ਤੇ ਨਾਲ ਆਪਾਂ ਤੱਕ ਰਹੇ ਹਾਂ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਬਾਬਾ ਤੇ ਨਾਲ ਜੁਝਾਰ ਹੈ ਤੇ ਦੂਜੇ ਪਾਸੇ ਯੂਪੀ ਸ਼ਾਸਤਰੀ ਦੀ ਟੀਮ ਬੜੇ ਨਾਮੀ ਪਲੇਅਰ ਜਿਹੜੇ ਖੇਡ ਰਹੇ ਆ ਆਸ਼ੂ ਵਰਗੇ ਲਾ ਵਰਗੇ ਭਰਾ ਨੇ ਸਾਡੇ ਨਾਲ ਛੋਟੂ ਮਾਜਰਾ ਵੱਡੀ ਟੀਮ ਜਿਹੜੀ ਬਣੀ ਹੋਈ ਹੈ ਦਿਨ ਤੇ ਭੂਰਾ ਖੇਡਦਾ ਹੈ ਪਰ ਸਾਹਮਣੇ ਸਰਵ ਚੇਂਜ ਤੇ ਪਹਿਲੇ ਨੰਬਰ ਦੇ ਲਈ ਮੁੰਡੇ ਨੇ ਸਰਵਿਸ ਕਰ ਦਿੱਤੀ ਹੈ ਜੋਧਪੁਰੀਆ ਯੂਪੀ ਨੂੰ ਹਰ ਗਈ ਯੂਪੀ ਨੂੰ ਵੀਰੇ ਮੇਰੇ ਕੋਲ ਵੀ ਥੋੜੀ ਜਿਹੀ ਪਾਵਰ ਬੈਂਕ ਵੀ ਖਤਮ ਹੋ ਗਿਆ ਟਾਈਮ ਨਹੀਂ ਮਤਲਬ 38 ਰਹਿੰਦੀ ਹੈ 38 ਹੋ ਗਈ ਅੜ ਦੂੰ ਤਾਂ ਦਿਖਾ ਦੂੰ 3 ਘੰਟੇ ਲਾ ਦੂੰ ਵਾਹ ਇਹ ਪਰਮੈਕ ਮਾਰ ਕਰ ਦਿੱਤੀ ਹੈ ਹਸਣ ਹਰ ਗਈ ਵੀਰੇ ਹਰ ਗਈ ਭਾਈ ਜੀ ਸ਼ੁਰੂਆਤ ਚੰਗੀ ਲੱਗੀ ਇੱਕ ਤਾੜੀ ਮਾਰ ਯਾਰ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਵਧੀਆ ਲੱਗੀ ਹੈ ਸ਼ਾਸਤਰੀ ਦੇ ਹਾਵੀ ਹੋਈ ਆ ਜਿਹੜਾ ਭਾਈ ਚੈਨਲ ਦੀ ਟੀਮ ਦੇ ਖਾਤੇ ਜੁੜ ਗਏ ਆ 3 ਤੇ 0 ਦਾ ਮੁਕਾਬਲਾ ਹੈ ਜਿਹੜੀ ਸ਼ਾਸਤਰੀ ਤੇ ਹਾਵੀ ਹੋਈ ਹੈ ਐ ਭਾਈ ਹਾਂਜੀ ਇਹ ਹਰਿਆਣੇ ਦੀ ਆ ਆ ਵੀਰੇ ਨਹੀਂ ਚੈਨਲ ਵਾਲਾ ਮਾਨਸਾ ਜਿਲਾ ਇੱਥੇ ਆਪਣੇ ਹਾਂ ਦੋ ਮੁੰਡੇ ਫਾਜ਼ਿਲ ਕਾ ਤੋਂ ਆਏ ਵੇ ਇਹਨਾਂ ਚ ਸੈਂਟਰ ਵਾਲਾ ਤੇ ਇਧਰ ਉਹ ਜਿਹਦੇ ਪੱਟੀ ਬੰਨੀ ਵੀ ਹੈ ਉਹ ਯੂਪੀ ਹੈ ਨਾ ਉਹ ਯੂਪੀ ਦੇ ਮੈਂ ਵੀ ਲਾ ਦੇ ਆ ਕਹਨੂੰ ਸੋਹ ਲਾਈ ਆ ਦੀ ਹਰ ਨਾ ਉਹ ਪੰਮੀ ਚਾਚਾ ਆਉ ਰਿਹਾ ਕੁਰਸੀ ਲੈ ਕੇ सही है सही है बुद्ध सही है भाई शेयर कर दो सारे भरा भाई ਮਾਰ ਦਿੱਤਾ ਚੱਕਰ ਦਾ ਕੰਮ ਯਾਰ
ਬੜਾ ਸਾਡਾ ਤਾਂ ਕਮੈਂਟਰੀ ਮਾੜੀ ਜਿਹੀ ਥਾਲ ਬੰਦਿਆਂ ਨੂੰ ਪਿੰਡਾਂ ਨੂੰ ਸਾਡੇ ਨੂੰ ਸੁਸ਼ਾਦ ਸਾਡੇ ਪਾਸ ਮਾੜਾ ਜਿਹਾ ਬੋਲ ਜਿਹਨਾਂ ਨੇ ਪਹਿਲਾਂ ਚਾਰੋਂ ਕੇ ਪਾਣ ਬੋਲਿਆ ਨੇ ਆਉਂਜਾ ਉਹ ਕਰਦੇ ਚਾਰ ਜਾਂ ਪੰਜ ਚਾਰ 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 ਜੀ पहले चार नंबर चैनियाल की टीम के खाते च उधर जोड़िया ने उधर पहले नंबर के लिए मुंडे भाल ने पहली सफलता जी मुंडिया ने जोड़नी है हले आओ बल्ले ढाबा कहते कमाल करी जा रहा है जित हमेशा दोस्तों जेड़ा पहला करजे बार आरा कहते पांचवा नंबर जोड़ता है चैने वाले पिंड का कहते जुझार फिट है कहते यूपी आले सारे कट्ठे करके खिलारते है ते हल कोई ना कोई करना पैना शास्त्री है दुनिया तेरी भी बड़ी दवानी है हुण आ मैच च लीड पट गए ते जे मैच तो गल फिर बननी है पहले पांच पॉइंट जिहड़े चैने वाले की टीम के खाते च है ते यूपी शास्त्री की टीम का खाता नहीं खुलिया हले आओ सामने छेवें नंबर के लिए मुंडिया ने ट्राई रेडी कर दी खिडारी जित भी जाते ने खिडारी हार भी जाते ने पर आ सामने खेडदे मैदान जाओ बल्ले बल्ले मुंडिया छोटू माजरा नंबर का कहते वाधा कर गया अपनी टीम के लिए जीरो के पांच की टक्कर है बड़ा वधिया सैमी खेडे जा रहा है इस तों बाद दूजे सैमी दे लई खेड़ी मान सिंह दे खनाल सी दीआं टीमां तैयार बर तैयार रहणगीआं दूजे सैमी दे लई करदे शेयर करदे वीरे बाल शुरु कमाल कर दी है नंबर छेवा जुड़ गया जा चेंज हो गया सात हो गए मेरे ख्याल छे पॉइंट हो गए जी पहले छे पॉइंट जोड़ दिते लै भी शास्त्री जिदा का लगना सी लोगों को भी सैमीफाइनल लगना है तो हाले तक उदा की कोई गलबात नहीं नज़र आती मित्रा पहले छे पॉइंट जेडे मुंडिया ने बड़ी आसानी जोड़ दिते है हूँ जी इतने खेड के मैदान चके जाम करे दे गल फिर बननी है आ सामने नंबर सातवें के लिए मुंडे जेडे ट्राई कर रहे हैं होता जिन्हों च जनून रह के मंजिल तो दूर कितने मिलता सुकून ते हारदे नहीं होंदे कदे मर्द दलेर तुसी हौसले बना के बस बंब रखियो आपां जित्तांगे जरूर जारी जंग रखियो आपां जित्तांगे जरूर जारी जंग रखियो आ पहले छे जोड़ते हैं मुंडिया ने इधर बाबे दे कहिंदे जुझार दी जोड़ी बड़ी फिट है ते चैने वाले पिंड दा कहिंदे गुरजीत आप बड़ा दिमागी प्लेयर है लाओ सतवां हुण ढाबाला शेरू जोड़दा है ते जे चैने वाले परमे ने कभी बाल होर फड़ती है ते गल फिर सिरे लग जूगी आओ बल्ले आओ सामने खेड के मैदान के नंबर सातवां जोड़ने लिए मुंडिया का पूरा जोर लग्या होया है ते लगे भी क्यों ना है सैमीफाइनल मैच है जिहड़ी जित गई टीम ते फाइनल की टेट जिथे मिलनी है नाल नाल एक वड्डे प्राइज ते वड्डे कप ते मोहर लग जानी है मेरे मित्रों आ सामने छे ते जीरो का मुकाबला जिहड़ा खेडे जा रहा खेड के मैदान के इथे करा मेरे मैच ये कमेटी नूं पुछो अगला मैच अगला भी जस्से का खेड़ी मान सिंह वर्सेज खनाल सी सत्ते अर्गन
ਮੈਂ ਤਾਂ ਕਹਿਦਾ ਉਹ ਕਹਿੰਦੇ ਬਾਈ ਇੱਥੇ ਹੀ ਕਰਾਉਣਾ ਕਹਿੰਦੇ ਇੱਥੇ ਹੀ ਕਰਾਉਣਾ ਮੈਂ ਪਹਿਲਾਂ ਮੈਂ ਕੱਢ ਦੂ ਜੀ ਜਿਤਨਾ ਉਧਰ ਖਤਰਨਾਕ ਹੈ ਫਿਰ ਲਾਈਵ ਸਾਈਡ ਚਲੇ ਜਾਏਗਾ ਲਾਈਵ ਦੀ ਤਾਂ ਕੋਈ ਦਿੱਕਤ ਨਹੀਂ ਲਾਈਵ ਤਾਂ ਹੋ ਜੂਗੀ ਤਾਂ ਉਹ ਪਿਆ ਟੇਬਲ ਉਹਦੀ ਵਗ ਜੂ ਜਰਾ ਗੱਲ ਤਾਂ ਗੱਲ ਦੀ ਹੈ ਨਾ ਕਮੇਟੀ ਕਵੇ ਤਾਂ ਉਹਦੀ ਵਗ ਜੂ ਮੈਂ ਤਾਂ ਉਹਦੀ ਚੱਕ ਲੂੰਗਾ ਦਿੰਦ ਫੋੜੀ ਮੈਂ ਤਾਂ ਐ ਨੂੰ ਕਰਨਾ ਜਿੱਧਰ ਵਗ ਗਏ ਕਿੱਥੇ ਬੈਠੇ ਜੀ ਸਾਰੇ ਹੁਣ ਤਾਂ ਮੈਂ ਉਹ ਬੈਠਾ ਜੋਤ ਨੂੰ ਪੁੱਛੋ ਦੋ ਤੋ ਬੈਠਾ ਮੁੰਡਾ ਉਸਲੇ ਸਰਦਾਰ ਜੀ ਨਹੀਂ ਬੈਠਾ ਸਰਦਾਰ ਜੀ ਉਹ ਬਈ ਪਾਣੀ ਪਈ ਯਾਰ ਬਿਲਕੁਲ ਹੀ ਲੈਣੀ ਆ ਮੈਂ ਤਾਂ ਕੋਈ ਜਰੀ ਲੈਣੀ ਸੱਤ ਜੀਰੋ ਬਣ ਬਈ ਸੱਤ ਜੀਰੋ ਲਓ ਸੱਤ ਦੇ ਜੀਰੋ ਜੀ ਬੜਾ ਵਧੀਆ ਮੁਕਾਬਲਾ ਹੈ ਆਹ ਸਾਹਮਣੇ ਹੁਣ ਅੱਠਵਾਂ ਨੰਬਰ ਜਿਹੜਾ ਦੇਖਾਂਗੇ ਜੋੜਦੇ ਮੁੰਡੇ ਜਾਂ ਨਹੀਂ ਹੈ ਆਹ ਸਾਹਮਣੇ ਖੇਡਦੇ ਮੈਦਾਨ 'ਚ ਢਾਬਾ ਵਾਲਾ ਸ਼ੇਰੂ ਹੈ ਯਾਰੀ ਕਹਿੰਦੇ ਪੱਕੀ ਹੈ ਇੱਧਰਲੇ ਪਾਸੇ ਢਾਬਾ ਵਾਲੇ ਪਾਰਸ ਦੇ ਨਾਲ ਸ਼ਤੀਰ ਵਾਲੀ ਪਿੰਡ ਦੇ ਸਚਨ ਦੇ ਨਾਲ ਕਹਿੰਦੇ ਜੋੜੀ ਬੜੀ ਫਿੱਟ ਹੈ ਆਹ ਮੁੰਡਿਆਂ ਦਾ ਆਪਸ ਵਿੱਚ ਪਿਆਰ ਵੀ ਬੜਾ ਉਹ ਸਾਹਮਣੇ ਹੈ ਵਾਹ ਇਹ ਮੁੰਡਿਆਂ ਕਮਾਲ ਕਰ ਦਿੱਤੀ ਹੈ ਬਾਈ ਯਾਰ ਜੇ ਆਹ ਮੁੰਡਿਆਂ ਦਾ ਅਟੈਕ ਪਸੰਦ ਆ ਇੱਕ ਤਾੜੀ ਮਾਰੋ ਯਾਰ ਟੀਮ ਦੇ ਲਈ ਚੈਣਿਆਂ ਆਪਦੀ ਟੀਮ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਪਹਿਲੇ ਅੱਠ ਪੁਆਇੰਟ ਜੋੜਦੇ ਹੈ ਅਤੇ ਖਾਤਾ ਨਹੀਂ ਖੋਲ੍ਹਣ ਦਿੱਤਾ ਯੂਪੀ ਦੀ ਟੀਮ ਦਾ ਆਹ ਕਹਿੰਦੇ ਸ਼ਾਸਤਰੀ ਹੋਣੀ ਹੈ ਹੁਣ ਸੋਚਾਂ ਦੇ ਵਿਚਾਰਾਂ ਦੇ ਵਿੱਚ ਨੇ ਵੀ ਬਣ ਕੀ ਗਿਆ ਖੇਡ ਦੇ ਮੈਦਾਨ 'ਚ ਅਗਲੀ ਸਰਵਿਸ ਕਰਨ ਦੇ ਲਈ ਆਹ ਖੇਡ ਦੇ ਮੈਦਾਨ 'ਚ ਚੋਬਾ ਜਿਹੜਾ ਤਿਆਰ ਬਰ ਤਿਆਰ ਹੈ ਮੇਰੇ ਮਿੱਤਰੋ ਵੀ ਸਾਡਾ ਜਿੱਤ ਦੀ ਪਿਉਂਤ ਬੰਦੀ ਜੰਗ ਨੂੰ ਇਕੱਲੇ ਜਿੱਤ ਦੇ ਨਹੀਂ ਹੁੰਦੇ ਕਦੇ ਹਥਿਆਰ ਬਈ ਅਤੇ ਜਾਨਦਾਰ ਬੰਦਿਆਂ ਨਾਲ ਰਹਿੰਦੇ ਹਾਂ ਆਓ ਤਾਂਓ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਬਈ ਢਾਬਾ ਵਾਲਾ ਕਹਿੰਦੇ ਪੂਰਾ ਫਿੱਟ ਹੈ ਅਗਲੀ ਸਰਵਿਸ ਫੇਰ ਕਰ ਦਿੱਤੀ ਹੈ ਜਧਾਰ ਨੇ ਹੁਣ ਜੇ ਨੌਵਾਂ ਨੰਬਰ ਜੁੜ ਗਿਆ ਤਾਂ ਸਾਡਾ ਹੋ ਜਾਣਗੀਆਂ ਚੇਂਜ ਮੇਰੇ ਮਿੱਤਰੋ ਗੱਲਾਂ ਲੱਗ ਜਾਣਗੀਆਂ ਟਿਕਾਣੇ ਅੱਠ ਤੇ ਜੀਰੋ ਆ ਯੂਪੀ ਵਾਲਿਆ ਤਗੜਾ ਹੋ ਜਾ ਅਟੈਕ ਕਰਨਾ ਪੈਣਾ ਬੱਲੇ ਬੱਲੇ ਨੰਬਰ ਨੌਵਾਂ ਸਾਡਾ ਚੇਂਜ ਹੋ ਗਿਆ ਬਾਈ ਯਾਰ ਤਾੜੀ ਮਾਰੋ ਯੂਪੀ ਵਾਲੇ ਮੁੰਡੇ ਕਹਿੰਦੇ ਵੱਧ ਕੇ ਖਿਲਾਰ ਦਿੱਤੇ ਆ ਬੜੀ ਤਗੜੀ ਜਿਹੜੀ ਪਰਫਾਰਮੈਂਸ ਹੈ ਮੁੰਡਿਆਂ ਦੀ ਇੱਧਰ ਛੋਟੂ ਆ ਗਿਆ ਸੈਂਟਰ ਦੇ ਵਿੱਚ ਲੈ ਵੀ ਛੋਟੂ ਹੁਣ ਪੁਆਇੰਟ ਜੋੜਨੇ ਪੈਣਗੇ ਜਾਂ ਲਾਭ ਨੂੰ ਕਹਿਦੇ ਤੇ ਜਾਂ ਫਿਰ ਕਹਿੰਦੇ ਭੂਰੇ ਨੂੰ ਵੀ ਬਾਲ ਤੂੰ ਵੀ ਫੜਦਾ ਜਿਵੇਂ ਪਰਮਾ ਫੜੀ ਆਉਂਦਾ ਹੈ ਨੌ ਤੇ ਜੀਰੋ ਦਾ ਮੁਕਾਬਲਾ ਹੈ ਖੇੜੀ ਮਾਨ ਸਿੰਘ ਤੇ ਖਨਾਲ ਸੀ ਦੀਆਂ ਟੀਮਾਂ ਮੇਰੇ ਤਿਆਰ ਬਰ ਤਿਆਰ ਰਹਿਣ ਗਰਾਊਂਡ ਨੰਬਰ ਇੱਕ ਦੇ ਵਿੱਚ ਇਸ ਤੋਂ ਬਾਅਦ ਨਹੀਂ ਨਹੀਂ ਸੈਵੀ ਆ ਪਹਿਲਾਂ ਵੀਰੇ ਗੁਰਪਾਲ ਰੱਖਣ ਚ ਪਾਣੀ ਪਾਓ ਚਾਰ ਦਿਨ ਚਾਰ ਦਿਨ
बड़ा पिछे ਨਾਲ ਸੀ ਤੇ ਖੇੜੀ ਮਾਨ ਸਿੰਘ ਦੀਆਂ ਟੀਮਾਂ ਤਿਆਰ ਰਹੋ ਜੀ ਦੂਜੇ ਸੈਮੀ ਦੇ ਲਈ। ਇੱਧਰ ਪਰਮ ਨੇ ਫੇਰ ਕਮਾਲ ਕਰ ਦਿੱਤੀ ਹੈ ਦੋਨੋਂ ਟੀਮਾਂ ਦਾ ਹੈ ਵੀ ਚਾਂਗੇ ਵਾਲਾ ਫਾਰਮੈਟ ਦੋਨਾਂ ਦਾ ਬੜਾ ਅਲੱਗ ਅਲੱਗ ਹੈ। ਇੱਕ ਪਾਸੇ ਟੀਮ ਬੜਾ ਲੰਬਾ ਖੇਡਣ ਵਾਲੀ ਟੀਮ ਹੈ ਅਤੇ ਦੂਜੇ ਪਾਸੇ ਚੈਣਿਆਂ ਦੀ ਟੀਮ ਦਾ ਅਟੈਕ ਬੜਾ ਤਗੜਾ ਹੈ। ਇਹ ਮੁੰਡੇ ਗੇਮ ਬੜੀ ਤੇਜ਼ ਖੇਡਦੇ ਹੈ ਪਰ ਆਹ ਸਾਹਮਣੇ ਹੁਣ ਪਤਾ ਲੱਗਣਾ ਹੈ ਵੀ ਕੌਣ ਜਿੱਤ ਗਏ ਅਤੇ ਆਹ ਮੈਚ ਦੇ ਵਿੱਚ ਗੱਲਾਂ ਕਰਾਉਂਦਾ ਮੇਰੇ ਮਿੱਤਰੋ। ਦਸਵੇਂ ਨੰਬਰ ਦੇ ਲਈ ਮੁੰਡਿਆਂ ਨੇ ਟਰਾਈ ਕਰ ਦਿੱਤੀ ਹੈ ਨੌ ਤੋਂ ਹੁਣ ਦਸ ਹੋਣਗੇ ਕਿ ਜਾਂ ਸਰਵਿਸ ਜਿਹੜੀ ਚੇਂਜ ਕਰਨੀ ਹੈ। ਐ ਵੀ ਸ਼ਾਸਤਰੀ ਦੁਨੀਆ ਕਹਿੰਦੀ ਆ ਵੀ ਆਹ ਕਲਾਕਾਰ ਹੈ ਖੇਡ ਵਾਲੀਬਾਲ ਦਾ ਪਰ ਹੁਣ ਇੱਥੇ ਕੋਈ ਕਲਾਕਾਰੀ ਕਰੇ ਅਤੇ ਤੈਨੂੰ ਫੇਰ ਮੰਨੀਏ। ਨੌ ਅਤੇ ਜੀਰੋ ਦੀ ਟੱਕਰ ਹੈ ਖਾਤਾ ਨਹੀਂ ਖੋਲ੍ਹਣ ਦਿੱਤਾ। ਆਹ ਸਾਹਮਣੇ ਮੁੰਡਿਆਂ ਨੇ ਕਮਾਲ ਕੀਤੀ ਪਈ ਹੈ ਆਓ ਬੱਲੇ ਬਾਲ ਆਊਟ ਫਿਰ ਸਰਵਿਸ ਚੇਂਜ ਹੈ। ਹੱਥ ਮਾਨਦਾਰੀ ਨਾਲ ਲਾਉਣਾ ਵਾਹ ਜੀ ਵਾਹ ਗਾਣਾ ਬੜਾ ਹੈ ਕੋਈ ਵਾਹ ਇਹ ਪਾਰਸਾ ਕਮਾਲ ਕਰ ਦਿੱਤੀ ਹੈ। ਅਸੀਂ ਤਾਂ ਮੈਂ ਕਿਹਾ ਵਾਹ ਜੀ ਵਾਹ ਹੁਣ ਪਤਾ ਲੱਗ ਜਾਣਾ ਪੱਕਾ ਵੀ ਗੱਲ ਕੀ ਬਣਦੀ ਹੈ। ਜੀਰੋ ਅਤੇ ਨੌ ਦਾ ਮੁਕਾਬਲਾ ਖੇਡਿਆ ਜਾ ਰਿਹਾ ਇੱਕ ਨੰਬਰ ਹੈ ਹੁਣ ਹੁੰਦਾ ਜੋ ਕਿ ਜਾਂ ਸਰਵਿਸ ਕਰਨਗੇ ਚੇਂਜ ਚੈਣੇ ਵਾਲੀ ਏ ਪਹਿਲੇ ਨੰਬਰ ਦੀ ਭਾਲ ਦੇ ਵਿੱਚ ਨੇ ਯੂਪੀ ਵਾਲੇ ਔਰ ਉੱਧਰਲੇ ਪਾਸੇ ਉਹ ਡਾਂਗਾ ਚੱਕੀ ਫਿਰਦੇ ਆ ਤਿੰਨੇ ਜਾਣੇ ਅਤੇ ਥਾੜ ਥਾੜ ਪਟਾਕੇ ਪਈ ਜਾਂਦੇ ਹੈ। ਪਹਿਲਾ ਨੰਬਰ ਹੁਣ ਕਿਹਨੇ ਜੋੜਨਾ ਹੈ ਕੋਈ ਕਲਾਕਾਰੀ ਕਰਦਾ ਯੂਪੀ ਵਾਲਾ ਅਤੇ ਜਾਂ ਫਿਰ ਨੈੱਟ ਵਾਲੇ ਨੇ ਕੋਈ ਕਮਾਲ ਕਰਨੀ ਹੈ। ਇਹ ਗੱਲ ਤਾਂ ਹੁਣ ਸਮੇਂ ਦੀ ਆ ਸਮਾਂ ਵੱਡੀ ਚੀਜ਼ ਹੈ ਆਓ ਸਾਹਮਣੇ ਵੀ ਸਮੇਂ ਜਿਹਾ ਪਲਵਾਨ ਅਤੇ ਨਾ ਪਲਵਾਨ ਕੋਈ ਆਖਰ ਵੱਡਿਆਂ ਵੱਡਿਆਂ ਦੀ ਕੰਡ ਲਾ ਦਿੰਦਾ ਹੈ। ਆਓ ਹਿੰਮਤ ਕਰਕੇ ਦੇਖ ਲਾ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਹੈ ਅਤੇ ਬਾਕੀ ਦੁੱਖ ਦੇ ਸਾਰੇ ਹੱਸ ਕੇ ਜਰ ਜਾਈਏ ਦੇਬੀ ਨੂੰ ਇੱਕ ਤੇਰਾ ਦੁੱਖ ਰਵਾ ਜਾਂਦਾ ਹੈ। ਆ ਜੀਰੋ ਦੇ ਨੌ ਦੀ ਟੱਕਰ ਹੈ ਬੜਾ ਤਗੜਾ ਪ੍ਰਦਰਸ਼ਨ ਕਰ ਰਹੇ ਦੋਨੋਂ ਟੀਮਾਂ ਦੇ ਨੈੱਟਮੈਨ ਗੱਲ ਇਹ ਪੱਕੀ ਹੈ ਪਰ ਪਹਿਲਾ ਨੰਬਰ ਜੋੜਨਾ ਪੈਣਾ ਹੈ। ਯੂਪੀ ਵਾਲੇ ਉਹ ਦੂਰੋਂ ਬੜੀ ਆਏ ਹੋ ਅਤੇ ਆਹ ਪਹਿਲਾ ਨੰਬਰ ਹੁਣ ਇੱਕ ਜਿਹੜੀ ਜਿੱਦ ਬਣ ਗਈ ਹਿੰਡ ਬਣ ਗਈ ਹੈ ਆਹ ਜੋੜਨਾ ਪੈਣਾ ਹੈ। ਜੀਰੋ ਅਤੇ ਨੌ ਦੀ ਟੱਕਰ ਹੈ ਆਹ ਸਾਹਮਣੇ ਖੇਡ ਦੇ ਮੈਦਾਨ 'ਚ ਪੁਆਇੰਟ ਪਹਿਲਾਂ ਜੋੜਨ ਦੇ ਲਈ ਮੁੰਡੇ ਪੂਰਾ ਜ਼ੋਰ ਲਾ ਰਹੇ ਆ ਉਹ ਬੱਲੇ ਪਰ ਢਾਬਾ ਵਾਲਾ ਕਹਿੰਦਾ ਵੀ ਅਸੀਂ ਨੰਬਰ ਕੋਈ ਲੈਣ ਨਹੀਂ ਦੇਣਾ ਹੈ ਇਹ ਵੀ ਪਤੰਦਰ ਭੈੜੇ ਬੜੇ ਹੈ ਅਤੇ ਉਹਦੀ ਜਿੱਦ ਕਹਿੰਦੇ ਭੈੜੀ ਆ ਉਹ ਬੱਲੇ ਬਾਲ ਆਊਟ ਅਤੇ ਸਫਲਤਾ ਫਿਰ ਚੈਣਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਹੈ। ਬੈਠਾ
ला गया पॉइंट भाई जा चेंज हो जाए वरिंदर चेंज जीरो ते नौ पहला सैमी है इस तो बाद दूजे सैमी वाली टीमों भी असं बार बार बेनती कर रहे हैं भी टीमों के खिलाड़ी तैयार रहन के खेड़ी मान सिंह के खिलाफ सही ये टीम जल्दी देना ग्राउंड के नेड़े आन गया जी हाँ जी हाँ जी वीरे सत्ते ते जस्से दा मैच अगला दूजा सैमी खेड़ी मान सिंह वर्ष खराल सी सैमी है सैमी मैच वीरे पता नहीं कुलविंदर वीरे देखे नहीं स्कोर दूर से एक नंबर से सीगा दो नौ हो गए वीरे पट्टू लीड लाजमी शास्त्री गल पक्की है चलो दो हो गए क्या तीन हो गए भाई दो ते नौ आपसी कर गए जोबर दो नंबर है यूपी की टीम दे नौ नंबर है चैनियाल की टीम दे आ जे एक दो पॉइंट होर जोड़ के ते नेड़े आ गए ना ते पता थोनू भी आ हरप्रीत भी फिर इन्होंने तंग बहुत करना फिर बाला खज्जल करनगे जे कितने आ पॉइंट एक दो जोड़ गए ते फिर तंग बड़ा करनगे पर सामने शिनू गलती कर गया है ते सफलता मेरे मित्रों चैनियाल की टीम के खाते में जुड़ गई है किसे नूं नहीं स्कोर हो गया
लावी किन्नो के दसी पाण भाई तीनों के चार दो ही है दो तीनों तीन नहीं हो तीन के दो दो नौ या तीन नौ अकंत ही नौ है शेरू वर्गिया दी दो नौ या तीन नौ है चैनेवाल दे नौ भाई सेमीफाइनल है सेमीफाइनल भरी कांते हुरी सत्ते तो हार गए ही वीरे सत्ते तो क्वार्टर मैच मैं कमेटी को बोलो ना मैं कौन होता हूँ मैच करवाने वाला कमेटी को बोलो भाई ये बैठे हैं बंदे ये देखो ये बैठे हैं बंदे ये देखो ये भाई साहब मैच करवाओ ना मतलब क्या इवन ना जैसे पॉजिटिविटी भी दी तू मतलब भी यार रेस्ट तो मिल जाएगा कम देगा फिर वही बात है इवन कट्टे तो कोई भी नहीं खेलेगा भाई साहब मैच करवाओ ग्राउंड पर जो पड़िया आउट है वही ना भी रेस्ट मिल जाएगा हर जने खेलने में फिर वही बात है यूपी नू हर गया ही अनिल यूपी नू भरी हेलो भाई जी दो नंबर ग्राउंड दे विच आओ जी टीमां जल्दी दे नाल खेड़ी मान सिंह ते जी खनाल सी खेड़ी मान सिंह ते खनाल सी दी टीमां वीरे दो नंबर ग्राउंड दे विच आ जाओ कमेटी वाले वीर कह रहे वीरे उत्थे सेमी करवाउणा आपां खेड़ी मान सिंह ते खनाल सी दी टीमां दो नंबर ग्राउंड दे विच आ जाओ वीरे वाह चुबरा कमाल कर दिती है छोटू एक ताड़ी मार यार मुंडा सेंटर दे विच आ गया ते गेम खिलाड़ती मुंडे ने लै भी पैर दसी किन्ने किन्ने होगे मेरे वीर ठीक है जी
इधर छोटू के नाल शास्त्री दोनों वीर के लिए भाई बलजिंदर वालियों 500 रुपए का वड्डा मान जिहड़ा आया है भी मुंडे तगड़ी खेड दिखा रहे हैं वड्डा धन्नवाद करते हैं आपां भरा साडे ने सुबह तो लेके काफी खिलाड़ियों ने मान सम्मान जिहड़े किए हैं खेड़ी मान सिंह की टीम आ जाए वीरे जल्दी दे नाल खनाल की सी टीम नूं मेरी बेनती है जल्दी दे नाल आ जाणगे जगीरे होणी जगीरे आ जाओ भरा बन के भाई ग्राउंड नंबर 2 दे विच मैच खेडण दे लई बहुत धन्नवाद है किन्ने किन्ने पॉइंट हो गए आ जरूर मैनू दसो मेरे भरा बन के हेलो भाई बाल भेजो जी 2 नंबर ग्राउंड ते अमरीक अमरीक 2 नंबर ग्राउंड दी बाल भेजो मेरे भाई पहला सेमी आहे बहुत वधिया मैच खेले जाना है शास्त्री ते चने वाला खेड़ी मान सिंह दीआं टीमां दा इधरले पासे खेड़ दे मैदान ते छोटू ने कमाल कर दित्ती है बड़ा वधिया मुंडा प्रदर्शन कर रहा है ला भी ढाबा वाले जिवें वटसर बालों की क्रॉसिंग हुई है तो उस हिसाब दे नाल जे बाला लगन ते गल्लां फेर होण गईआं आ नई मुंडे वापसी कर गए है बड़ा तगड़ा खेड के मैदान च डिफेंस है चोपरा का और ढाबा ने कहते वन सार ने बड़ा कमाल का प्रदर्शन किया है तो छोटू आ गया हूँ सेंटर के बड़ी तगड़ी खेड दिखा के मुंडे ने गेम जारी बन ली है भाई पॉइंट जरूर दसो किन्ने किन्ने वीरे 2-9 हाँ 3-9 हो गया पॉइंट मेरे ख्याल 2 तो वध के 3 हो गए है 3-9 की टक्कर भाई जी बाल भेजो ग्राउंड नंबर 2 दे विच खनाल सी का मैच है खेड़ी मान सिंह की टीम के नाल आदि बड़ा तगड़ा सैमी लगना दोनों टीमों के दुनिया के स्टार प्लेयर वड्डे वड्डे योधे जिहड़े खेडणगे बाल भेजो जल्दी आपां मैच की शुरुआत करा दईए ग्राउंड नंबर 2 दे विच 3-9 है 3-9 वीरी 3 स्कोर यूपी दे 9 स्कोर चैनेवाल दे ਹਜੇ ਲੱਗਣ ਇਹ ਤਾਂ ਇਧਰੋਂ ਆ ਕੇ 0 ਸੀ ਇਹਨਾਂ ਦੀ ਉਹਨਾਂ ਨੰਬਰ ਨਹੀਂ ਲੱਗਣਾ 3-0 ਹੀ ਸੀ ਖਿੱਚਣਗੇ ਕੰਮ ਇਹ ਉਧਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪਰਮਜੀਤ ਸਿੰਘ ਜੀ ਪੰਮੀ ਆਖ ਰਹੇ ਹੈ ਵੀ ਜਦੋਂ ਇਸ ਧਰਤੀ ਤੇ ਕਬੱਡੀ ਦਾ ਮੇਲਾ ਹੋਇਆ ਤੇ ਆਪਣੇ ਵੱਲੋਂ 11,000 ਰੁਪਏ ਦੀ ਵੱਡੀ ਸਹਾਇਤਾ ਹੋਵੇਗੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਪਰਮਜੀਤ ਸਿੰਘ ਜੀ ਸਾਡੇ ਪੰਮੀ ਸਾਹਿਬ ਕਹਿ ਰਹੇ ਹੈ ਵੀ ਆਪਣੇ ਵੱਲੋਂ 11,000 ਹੋਵੇਗਾ ਜਦੋਂ ਕਬੱਡੀ ਦਾ ਮੇਲਾ ਹੋਇਆ ਉਸ ਧਰਤੀ ਤੇ ਭਾਈ ਬਾਲ ਕਿਉਂ ਨਹੀਂ ਭੇਜ ਰਹੇ ਵੀਰੇ ਅਮਰੀਕ ਗਰਾਊਂਡ ਨੰਬਰ 2 ਦੀ ਬਾਈ 2 ਨੰਬਰ ਗਰਾਊਂਡ ਦੇ ਵਿੱਚ ਬਾਲ ਭੇਜੋ ਜਲਦੀ ਦੇ ਨਾਲ ਨਾਲ ਹੀ ਖਨਾਲ ਸੀ ਦੀ ਟੀਮ ਦੇ ਜਿਹੜੇ ਬਾਕੀ ਪਲੇਅਰ ਉਹ ਵੀ ਆ ਜਾਓ ਮੇਰੇ ਵੀਰ ਬਣ ਕੇ ਆ ਵੀ ਮੈਚ ਬੜਾ ਤਗੜਾ ਖੇਡੇ ਜਾਵੇਗਾ ਵੀ ਟੱਕਰ ਹੋ ਗਈ ਸ਼ੇਰਾਂ ਦੀ ਤੇ ਖੜ ਕੇ ਦੇਖੂ ਕੁੱਲ ਜਮਾਨਾ ਆਓ ਕਾਪੋਈਓ ਜਿੱਤਣਗੇ ਭਾਈ ਜਿਨ੍ਹਾਂ ਦੇ ਟੌਲਿਆਂ ਪੱਟਾਂ ਦੇ ਵਿੱਚ ਜਾਣਾ ਕਾਪੋਈਓ ਜਿੱਤਣਗੇ ਟੌਲਿਆਂ ਪੱਟਾਂ ਦੇ ਵਿੱਚ ਜਾਣਾ ਤਗੜਾ ਖੇਡੇ ਜਾ ਰਿਹਾ ਇੱਧਰ ਵਾਪਸੀ ਕਰ ਗਏ ਮੁੰਡੇ 3-9 ਦੀ ਟੱਕਰ ਖੇਡੀ ਜਾ ਰਹੀ ਹੈ ਬਾਲ ਭੇਜੋ 2 ਨੰਬਰ ਗਰਾਊਂਡ ਦੀ ਨਾਲ ਹੀ ਮੈਚ ਆਪਾਂ ਸ਼ੁਰੂ ਕਰਾ ਦਈਏ ਉਧਰ ਭੇਜ ਦਾਂਗੇ ਇੱਕ ਲਾਈਵ ਭੇਜ ਦਾਂਗੇ ਜਦੋਂ ਮੈਚ ਸਟਾਰਟ ਹੋ ਗਿਆ ਨਾ ਉਧਰ ਲਾਈਵ ਭੇਜ ਦਾਂਗੇ ਇੱਕ ਬਾਈ ਬਾਈ ਅੱਜ ਕਿੱਥੇ ਮੈਚ ਦਾ ਹੋਇਆ ਕਿ ਨਹੀਂ ਵੀਰੇ ਰਾਹ ਸੀਗਾ ਸਕਰਾਲੀ ਅੱਜ ਫ੍ਰੀ ਹੈ
भाई बाल भेजो कर अमरीक बाल भेजो मेरे भाई बन गया जल्दी ग्राउंड नंबर दो जो टीम खड़ी अपने को भी जो एक रैफरी भी लाओ मेरे वीर बन के जल्दी दे नाल एक रैफरी भी आप लाइए मेरी बेनती है लाओ सामने मैच फिर जिहड़ा रोमांचक सिद्धी वाल आ गया है ढाबा वाला कहते शेरू बुरा पूरा फिट है एक होर तगड़ी बाल ला के मुंडे ने सरबल जी चेंज लै ली है नौ ते तीन पॉइंट पारसा नौ ते तीन जी अमरीक नवी बार भेजी भाई चलो चलो मेरे लाइव होती चलो हेलो ज्योति जिथे वास सुनना बार एक बार जरूर आवे ज्योति साडा वीर ज्योति आई भाई ग्राउंड नंबर दो च मेरी बेनती है ज्योति जिथे वास सुनदा नौ चार आ नौ चार वीरे ओ जरूर आ जाए भाई ग्राउंड नंबर दो च आपां मैच शुरू करवाना भाई हैगा ज्योति इथे जा हूं हूं दे दे चल पिंड उठ गया ज्योति आ भाई ज्योति उरे आ एक मिनट Thank you.
कुलदीप भाई किन्ने पॉइंट दसो जी? चार चार नौ उत जगे जाम करते वीरे शास्त्री ने चार नौ ते चार नौ ते जगे जाम बिलकुल लंबा जाना मैच भाई अजे जित कोई जावे ओ बाल होए शेरू सरा यार बहुत तकड़ी बाल मारी मुंडे ने नावी जोत करा मैच भाई बन के जो भी डिसीजन है मैच दोनों ग्राउंड से चलाई अपना नौ के चार की टक्कर है जी आ नौ नंबर जेडे खेडते मैदान वेख रहे हैं चैनियाल की टीम दे ते चार नंबर यूपी शास्त्री की टीम दे है वापसी कर गए मुंडे दसवां नंबर नहीं लग्या लिया भी ढाबा लिया है जे दसवां जुड़ गया तो फिर गल बन जानी है आ नौ तो दस करन दे लई जोर बड़ा लगना है क्योंकि टीम दूजे पासे बड़ी तगड़ी है डिफेंस बड़ा मन्निया पर मन्निया है इधर ज्योति नूं मेरी बेनती है वीरे जल्दी दे नाल आपां मैच शुरू करा दे ग्राउंड नंबर 2 सारे भरा इक इक शेयर कर दिओ सनी सत्या दूजा सैमी उधर खेड़ी मान सिंह ना बई जस्से कर गया नाल उधर चलिया नहीं मैच वीरे चलिया नहीं अजे उधर पर मैं चलिया नहीं मैच उधर बइये वाल हर गई थी बई सत्ते वर्गे नूं हर गई सी बइये वाल दूजा पता नहीं तीजा राउंड हर गई सी वाह ओए ढाबा वाले ताली मार यार दसवां नंबर जोड़ता मुंडे ने ढाबा वाला पूरा फिट है पच्चे पातशाह की मेहर है बड़ी मेहनत है मुंडे की नंबर दसवां मुंडा जोड़ गया अपनी टीम के लिए लै भी जोत कराइए मैच शुरू इधर भी मेरी बेनती है भरा भैन जो भी डिसीजन आप जल्दी करिए दो नंबर ग्राउंड से दोनों टीम खड़िया जल्दी के ना अपना कोई डिसीजन लीए इधर भी मैच शुरू करा दिए बड़ा वधिया मैच ये भी खेडे जाएगा इधर दस से चार की जी टक्कर है गभरू ने कहते कमाल का नंबर जोड़िया अपनी टीम के लिए भी जेबा लैके तेरे मेड़े अलड़े आओ रब के होंगे है लैने तेरे अलड़े आखदी होंगी सी वेला वेला जट नही देख ला टिकाने कल ला गया आओ चेक कर ली कलाक जाके कंध ते वी सूई तो यार टाइम आ गया है आ कहते बड़ी चर्चा मुंडे की है पर चैने वाले पिंड के कहते गुरजीत ने कमाल का डिफेंस किया है हूँ दस तो ग्यारह कौन करेगा
मारो भाई यार गुरजीत दे लई है बड़ा मुंडा जोर ला रहा है आ सामने नंबर कहते हैं पूरा जोर लग्या होया है तीजा राउंड हार गई भैया बाल वीरे अज सुबह का जो मुंडा आया है ते धन धन कराई पई है मेरे मित्रों बल्ले बल्ले करवा गया मुंडा खेड़ते मैदान सौखे नहीं हो यार खटने जहान से लाने पेंदे आ बयाने बीबा जित जाते हैं आओ भगतने पेंदे है परचे के खर्चे के फेर जाके मैं आओ खड़ती नहीं मुछ जी खड़ौनी पैंदी है ते बल्ले बल्ले होंदी नहीं है कराउनी पैंदी है आप बल्ले बल्ले होंदी नहीं कराउनी पैंदी है। हाँ जी बजिंदर जी इधर बलजिंदर साडा भाई कह रहा है भी ढाबा वाले शेरू नू भी आपां 500 दे देंगे वड्डे मान होणगे ढाबा वाले शेरू दे भी 500 रुपए दे नाल भाई बलजिंदर दे वल्लियों बहुत बहुत धन्यवाद आपां करदे हैं। लाओ सामने फिर अगली सर्विस करन दे लई तैयार वर तैयार ने मुंडे भाई जी कराओ मैं शुरू ग्राउंड नंबर 2 ते भी जोत ला रैफरी कोई भाई अनिल हर गया ही वीरे शास्त्री नू हर गया सी अनिल भाई वाटर ब्रेक आ वाटर ब्रेक वीरे पॉइंट ने जी चैने वाले दे किन्ने 11 4 चैने वाले दे 11 शेरू वर्ग ने वीरे 4 यूपी शास्त्री दे 4 आ वीरे शेरू ने ऐन तगड़ियां बल्ला मारियां यार ਜੋਤ ਪਾਵਰ ਬੈਂਕ ਦਾ ਹੱਲ ਕਰ ਲੈ ਬਾਲੀ ਵਧੀਆ ਗੱਲ 27% ਪਾਵਰ ਬੈਂਕ ਹੀ ਲਿਆਓ ਉਹ ਡੱਬੀ ਜੀ ਨਹੀਂ ਚੱਲਦੀ ਉਹਦੀ ਜੇ ਇੱਥੇ ਆ ਜਾਵੇ ਤਾਰ ਉਹਦੀ ਬਸ ਸੋਨੇ ਓਏ ਜਾ ਪਾਵਰ ਬੈਂਕ ਦਾ ਹੀ ਹੱਲ ਕਰ ਲਾ ਬਸ ਦੋਹਾਂ ਦਾ ਸਾਰ ਦੋ ਅੱਡਾ ਮਾੜੇ 1 ਮਿੰਟ ਲਈ ਆਓ ਮੇਰੇ ਵਾਲਾ 27 ਹੀ ਰਹਿ ਗਿਆ ਦੇਖੋ ਜੇ ਹੈਗੀ ਪਾਵਰ ਲਾ ਕੇ ਦੇਖੀ ਚੱਕੀ ਆ 27 ਹੋ ਗਈ ਪਹਿਲਾਂ ਦੇਖ ਲਈਏ ਮੇਰੇ ਵਾਲੇ ਫੋਨ ਤੇ ਚੱਲਦੀ ਨਹੀਂ ਕਰਦੀ ਇੱਕ ਤੇ ਕਰ ਦੋ ਭਾਈ ਮੇਰੇ ਵਾਲੇ ਤੇ ਜੰਦੂ ਫੁੱਲ ਲਿਆ ਦੇਖੀ ਚੱਕ ਡਾਊਨ ਦਾ ਕੋਈ ਅਡਜਸਟ ਕਰ ਲਓ ਜਮਾ ਨਹੀਂ ਕਿਤੇ ਬੰਦ ਕਰਕੇ ਇੱਕ ਦੋ ਇੱਕ ਸਾਰਾ ਬਾਰ ਨੰਦਰ ਬਾਈ ਦੇ ਫੁੱਲ ਲਿਆ ਜੀ ਤਾਂ ਕੰਮ ਲੱਗੇ ਰੋ ਜੱਸੇ ਦਾ ਦੂਜਾ ਸੈਮੀ ਆ ਵੀਰੇ ਦੂਜਾ ਸੈਮੀ ਸੱਤੇ ਨਾਲ ਗੇਮ ਇਹ ਗੇਮ 17 ਦੀ ਆ ਬਈ ਗੁਰੀ ਕਰਾ ਦੇ ਮੈਚ ਬਾਈ ਇੱਧਰ ਹੀ ਆਉਣਾ ਇੱਧਰ ਹੀ ਵੀਰੇ ਇੱਧਰ ਹੀ ਆਉਣਾ ਵੀ ਮੇਰੇ ਫੋਨ ਤੇ
ਸਰ ਵੀ ਹਰ ਗਏ ਹਰ ਗਏ ਸੀ ਵੀਰੇ ਹਰ ਗਏ ਲੱਗੀ ਵੀਰੇ ਤਾਂ ਮਹਾ ਵਧੂ ਗਈ ਬੜਾ ਮੂਹਰ ਨੂੰ ਕਰਿਓ ਵੀਰੇ ਕੁਰਸੀ ਧੱਕੇ ਜਾਂਦੇ ਆ ਟੇਬਲ ਹਾਂ ਬਸ ਹਾਂ ਮੈਂ ਕਹਿੰਦਾ ਫੇਰ ਖਾ ਲੈਂਦੇ ਆ ਜੇ ਭੁੱਖ ਲੱਗੂ ਇਧਰੀ ਹੁਣ ਬਾਈ ਠੀਕ ਹੈ ਜੀ ਚਾਰ ਤੇ ਗਿਆਰਾਂ ਮੁਕਾਬਲਾ ਬਾਈ ਪੰਜਵੇਂ ਨੰਬਰ ਦਾ ਵੀ ਤਿਆਰੀ ਜਿਹੜੀ ਫੜ ਲਈ ਮੁੰਡਿਆਂ ਨੇ ਚਾਰ ਤੇ ਗਿਆਰਾਂ ਦੀ ਟੱਕਰ ਹੈ ਸੱਤ ਨੰਬਰਾਂ ਦੀ ਇੱਕ ਵੱਡੀ ਲੀਡ ਜਿਹੜੀ ਬਣਾਈ ਬੈਠੇ ਹੈ ਪਰ ਯੂਪੀ ਵਾਲੇ ਮੁੰਡਿਆਂ ਦਾ ਹੌਸਲਾ ਬੜਾ ਬੁਲੰਦ ਹੈ ਹਾਲੇ ਇਹਨਾਂ ਨੇ ਮੈਦਾਨ ਨਹੀਂ ਛੱਡਿਆ ਵੀ ਹਾਲੇ ਦੇ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਆ ਕੁਝ ਵੀ ਹੋ ਸਕਦਾ ਹੈ ਹਾਲੇ ਤੇ ਯਾਰ ਮੈਦਾਨ ਦੇ ਵਿੱਚ ਹੈ ਹਾਲੇ ਸ਼ਾਸਤਰੀ ਵਰਗੇ ਖੜੇ ਹੈ ਇਹ ਕੁਝ ਵੀ ਕਰ ਸਕਦੇ ਹੈ ਵੱਡੀ ਟੀਮ ਹੈ ਮੇਰੇ ਮਿੱਤਰੋ ਪਰ ਲੀਡ ਬਣਾਈ ਬੈਠਿਆ ਹੈ ਔਰ ਢਾਬਾ ਵਾਲਾ ਮੇਰਾ ਮਿੱਤਰੋ ਪੂਰਾ ਫਿੱਟ ਹੈ ਜੇ ਦੋ ਚਾਰ ਬਾਲਾ ਹੋਰ ਬਣ ਗਿਆ ਨਾ ਸ਼ਾਸਤਰੀ ਤੇ ਪੈਣੇ ਥਾਰ ਟੱਪੇ ਸਾਰਾ ਮੇਲਾ ਨੇ ਢਾਬਾ ਵਾਲੇ ਸ਼ੇਰੂ ਨੇ ਲੁੱਟਿਆ ਦੌੜ ਤੋਂ ਲੈ ਕੇ ਕਰਾਈ ਪਈ ਹੈ ਨੰਬਰ ਦਾ ਵਾਧਾ ਇੱਕ ਹੋਰ ਕਰ ਦਿੱਤਾ ਹੈ ਸਰਬ ਚੇਂਜ ਹੈ ਗਿਆਰਾਂ ਦੇ ਚਾਰ ਨਹੀਂ ਨਹੀਂ ਸੈਮੀ ਆ ਪਹਿਲਾ ਸੈਮੀ ਪ੍ਰਿੰਸ ਬਾਈ ਦੂਜਾ ਸੈਮੀ ਖੇੜੀ ਮਾਨ ਸਿੰਘ ਤੇ ਖਨਾਲ ਸੀ ਸੱਤੇ ਤੇ ਜੱਸੇ ਦੀ ਟੱਕਰ ਆ ਗਈ ਵੀਰੇ ਦੂਜਾ ਸੈਮੀ ਬਾਰਾਂ ਹੋ ਗਏ ਬਾਰਾਂ ਦੇ ਚਾਰ ਹੋ ਗਿਆ ਹੈ ਆ ਕਹਿੰਦੇ ਮੁੰਡਿਆਂ ਨੇ ਰਾਤੇ ਪਹਿਲੇ ਰਾਊਂਡ ਤੋਂ ਦੱਸਦੇ ਸੀ ਵੀ ਮੈਚ ਅਸੀਂ ਖੇਡਣ ਦੇ ਲਈ ਨਹੀਂ ਆਏ ਜਿੱਤਣ ਦੇ ਲਈ ਆਏ ਹੈ ਬਾਰਵਾਂ ਨੰਬਰ ਮੁੰਡਾ ਜੋੜ ਗਿਆ ਆਪਣੀ ਟੀਮ ਦੇ ਲਈ ਬਾਰਾਂ ਦੇ ਚਾਰ ਸੇਰੂ ਨੇ ਜਮਾ ਯਾਰ ਪੈ ਗਿਆ ਹੈ ਆ ਸਾਹਮਣੇ ਜੁਝਾਰ ਚੈਣੇ ਵਾਲੀ ਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਤਿਆਰ ਪਰ ਤਿਆਰ ਹੈ ਬਾਰਵਾਂ ਤੋਂ ਹੁਣ ਤੇਰਾ ਢਾਬਾ ਵਾਲਾ ਸ਼ੇਰੂ ਮੇਰੇ ਮਿੱਤਰੋ ਬਾਲਾਂ ਕਹਿੰਦੇ ਡੁੱਡ ਮਾਰਦਾ ਦੀ ਜਵਾਨੀ ਹੈ ਤੇ ਸਾਹਮਣੇ ਫੇਰ ਕਰਦੇ ਹੋ ਸ਼ੇਅਰ ਕਰਦੇ ਹੋ ਬਾਈ ਸ਼ਾਸਤਰੀ ਤੇ ਸ਼ੇਰੂ ਦੀ ਟੱਕਰ ਆ ਬਾਈ ਸ਼ੇਰੂ ਦੀ ਲੀਡ ਹੈਲੋ ਆ ਗਏ ਜੀ ਪਲੇਅਰ ਚਲੋ ਖੇਡੋ ਫਿਰ ਕੋਈ ਨੀ ਜੋਤੀ ਇੱਕ ਲਾ ਦੇ ਰੈਫਰੀ ਬਾਈ ਨਿਆਮ ਬਣਾਵਾਂਗੇ ਨਿਆਮ ਜੋਤੀ ਲਾ ਮੇਰਾ ਭਰਾ ਬਣ ਗਿਆ ਇੱਕ ਰੈਫਰੀ ਆਪਾਂ ਕਰਾ ਦਈਏ ਮੈਚ ਸ਼ੁਰੂ ਉੱਧਰ ਵੀ ਦੋਨੋਂ ਟੀਮਾਂ ਆ ਗਈਆਂ ਨੇ ਮੈਚ ਖੇਡਣ ਦੇ ਲਈ ਤਿਆਰ ਪਰ ਤਿਆਰ ਹੈ ਪਰ ਆਹ ਮੈਚ ਦੇ ਵਿੱਚ ਹਾਲੇ ਵੀ ਵਾਪਸੀ ਕਰ ਸਕਦਾ ਜਿੰਨਾ ਟਾਈਮ ਖੜਾਣਾ ਗਰਾਊਂਡ 'ਚ ਤੇ ਆਹ ਮੁੰਡਾ ਦਮ ਰੱਖਦਾ ਮੈਚ ਜਿੱਤਣ ਦਾ ਲੀਡ ਪੱਟ ਕੇ ਵੀ ਇਹ ਹੈ ਗੱਭਰੂ ਜੋਗਿੰਦਰ ਪੱਕਾ ਨਾਮ ਹੈ ਪਰ ਖੇਡ ਦੇ ਮੈਦਾਨਾਂ ਦੇ ਵਿੱਚ ਆ ਸ਼ਾਸਤਰੀ ਦੇ ਨਾਂ ਨਾਲ ਪ੍ਰਸਿੱਧੀ ਖੱਟੀ ਹੈ ਅਗਲੀ ਸਰਵਿਸ ਕਰਨ ਦੇ ਲਈ ਮੁੰਡਾ ਤਿਆਰ ਵਰ ਤਿਆਰ ਹੈ ਮੁੱਠੀ ਭਰ ਸਰੀਰ ਹੈ ਪਰ ਬੜਾ ਹੌਸਲਾ ਤੇ ਬਾਬੇ ਦੀ ਆ ਮੇਰ ਆਹ ਸ਼ੇੜੀ ਮਾਂ ਦੇਵੇ ਥਾਪੀ ਤੇ ਪਾਪੂ ਆਖਦਾ ਹੈ ਸ਼ੇਰ ਸਾਡੀ ਜਾਨ ਵਾਲੇ ਕਿੱਸੇ ਪਾਣੀ ਵੱਗ ਦੇ ਪਿਛਾਂ ਵੱਲ ਮੋੜ ਦਿੰਦੇ ਆ ਤੇ ਮਿੱਤਰਾਂ ਦੀ ਹੈਡ ਵੀਲ ਦੇਣ ਵਰਗੀ ਆਓ ਤੰਦੇ ਪੱਕੀਆਂ ਗਰਾਰੀਆਂ ਦੇ
ਭੋਰ ਦਿੰਦੇ ਆ ਆਹ ਮਿੱਤਰਾਂ ਦੀ ਹਿੰਦ ਵੀ ਨਦੇੜ ਵਰਗੀ ਆ ਕੰਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ ਆਹ ਸਾਡੇ ਮੂਹਰੇ ਕਰੀ ਨਾ ਰਿਕਾਰਡ ਸੈੱਟ ਕਾਕਾ ਅਸੀਂ ਤੋੜ ਦਿੰਦੇ ਆ ਆਹ ਸਾਹਮਣੇ ਮੈਚ ਬੜਾ ਤਗੜਾ ਹੈ ਚਾਰ ਤੇ ਬਾਰਾਂ ਦੀ ਟੱਕਰ ਹੈ ਪੰਜਵਾਂ ਨੰਬਰ ਜੇ ਜੁੜ ਜਾਵੇ ਸ਼ੇਰੂ ਦੇ 12 ਪਰ ਢਾਬਾ ਚਾਰ ਅੱਜ ਰੁਕਣ ਦੇ ਮੂਡ ਵਿੱਚ ਨਹੀਂ ਲੱਗਦਾ ਆ ਢਾਬਾ ਮੈਨੂੰ ਲੱਗਦਾ ਨਹੀਂ ਹੈ ਵੀ ਅੱਜ ਰੁਕਣ ਦੇ ਮੂਡ ਵਿੱਚ ਹੈ ਰੈਫਰੀ ਕਾਪੀ ਪੈਨ ਤੇ ਮਿਸਲ ਭੇਜੋ ਮੇਰੇ ਗਰਾਊਂਡ ਨੰਬਰ 2 ਦੇ ਵਿੱਚ ਮੇਰੀ ਬੇਨਤੀ ਹੈ 4 ਤੋਂ 5 ਹੋ ਗਏ ਹੈ ਰੈਫਰੀ ਲਾਓ ਬਾਈ ਉਧਰ ਕੋਈ ਯਾਰ ਕਾਪੀ ਪੈਣਾ ਲਾ 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 ਰੈਫਰੀ ਲੱਗ ਗਿਆ ਜਦੋਂ ਕੋਈ ਆਪਣਾ ਲੱਭਿਆ ਕੋਈ ਬਾਈ ਮਾੜਾ ਕਰਦਾ ਸੈੱਟ ਮੈਂ ਇੱਕ ਮਿੰਟ ਮਾੜੀ ਜਾਊ ਪਲਾਸਟਿਕ ਜੀ ਨਿਕਲ ਗਈ ਇਹਦੀ ਯਾਰ ਆਪਦੇ ਆਪ ਲੱਗਾ ਲੇਕਿਨ ਇੱਕ ਮਿੰਟ ਮਾੜਾ ਜਾਊ ਦਿੱਕਤ ਕੋਈ ਮੜਾ ਫੜੀਏ ਕੋਈ ਯਾਰ ਉਹ ਪਲਾਸਟਿਕ ਜੀ ਲੈ ਗਈ ਆਪਦੇ ਆਪ ਦੇਖੀ ਲੋਕ ਵਾਲਾ ਬਟਨ ਆਉਂਦਾ ਵਧੀਆ ਕੱਟਿਆ ਜਦੋਂ ਲਾਏ ਸਿੱਧਾ ਕਰਕੇ ਰੱਖ ਲਾ ਪਲਾਸਟਿਕ ਜੀ ਲੈ ਗਈ ਆਪਦੇ ਆਪ ਥੱਲੇ ਡਿੱਗ ਪੈਂਦਾ ਭਾਈ ਪੀ ਲਓ ਚਾਹ ਜੀ ਯਾਰ ਕਮੇਟੀ ਵਾਲੇ ਕਹਿੰਦੇ ਇੱਧਰ ਹੀ ਹੋਣਾ ਮੈਚ ਬਾਈ ਮੈਂ ਤਾਂ ਕਹੀ ਜਾਂਦਾ ਬਾਈ ਲਵਾ ਦੋ ਯਾਰ ਉਧਰ ਮੈਚ ਕਢਾ ਦੋ ਉਹ 10-11 ਵੱਜ ਜਾਣਗੇ ਬਾਹਲੀ ਧੁੱਪ ਚ ਵੀ ਫਿਰ ਕੀ ਖੇਡਣਗੇ ਪਲੇਅਰ ਇੰਨਾ ਟਾਈਮ ਹੋਊਗਾ ਹੋਰ ਬਾਈ ਤੂੰ ਆ ਦੇ ਲੈ ਵੀ ਘੰਟੇ ਦਾ ਮੈਚ ਉਹ ਆ ਡੇਢ ਘੰਟੇ ਦਾ ਘੰਟੇ ਦਾ ਫਿਰ ਬਾਈ ਖੜਾ ਉਹ ਟੀਮਾਂ ਤਾਂ ਆਈਆਂ ਨੇ ਬਾਈ ਉਹ ਖੜੀਆਂ ਬਾਈ ਉਹ ਤਾਂ ਕਹੀ ਜਾਂਦਾ ਤਾਂ ਰੈਫਰੀ ਲਾਓ ਕਹਿੰਦੇ ਹੋਰ ਕਰਾਓ ਯਾਰ ਬਣਾ ਉਹਨੂੰ ਮਾਰਾ ਕੋਈ ਕੀ ਤੁਹਾਨੂੰ ਆਪਣੇ ਨੂੰ ਜੋਤ ਕਰਾ ਦੇ ਮੈਚ ਮੇਰਾ ਜੋਤ ਕਿਥੇ ਆ ਉਹ ਜੋਤ ਹੋਰ ਕਰਾਏ ਨੇ ਕਰ ਸਟਾਰਟ ਯਾਰ ਜੇ ਤਾਂ ਇਹਨੂੰ ਐ ਮੰਨ ਵੀ ਅੱਧਾ ਪੌਣਾ ਘੰਟਾ ਜੇ ਇਹਨੂੰ ਲੱਗੂ ਅੱਧਾ ਹੋਰ ਕਰਾ ਭਰਾ ਦੇ ਯਾਰ ਹੋਰ ਸਾਹਮਣੇ ਮੈਚ ਉਧਰ ਦੂਜਾ ਸੈਮੀਫਾਈਨਲ ਵੀ ਸ਼ੁਰੂ ਕਰਵਾਉਣ ਲੱਗੇ ਆਪਾਂ ਲੈ ਵੀ ਜੋਤ ਮਾਰ ਦੱਸਾਂ ਮੇਰਾ ਵੀਰ ਵੜ ਕੇ ਪੰਜ ਤੇ ਬਾਰਾਂ ਦੀ ਟੱਕਰ ਇਧਰਲੇ ਪਾਸੇ 7 ਨੰਬਰਾਂ ਦੀ ਲੀਡ ਹੈ ਇੱਕ ਪਾਸੇ ਬਾਬਾ ਤੇ ਜੁਝਾਰ ਮੰਨੇ ਪ੍ਰਬੰਧੀ ਡਿਫੈਂਸਰ ਹੈ ਦੁਨੀਆਂ ਦੇ ਇੱਧਰ ਸ਼ੀਨੂ ਦੇ ਕਹਿੰਦੇ ਆਸ਼ੂ ਦੀ ਜੋੜੀ ਬੜੀ ਫਿੱਟ ਹੈ ਪਰ ਸ਼ਾਸਤਰੀ ਹੈ ਜਿੱਦਾਂ ਦਾ ਮੈਚ ਲੱਗਣਾ ਚਾਹੀਦਾ ਸੀ ਹਾਲੇ ਤੱਕ ਉਹ ਗੱਲ ਨਹੀਂ ਬਣੀ ਲੀਡ ਪੱਟਣੀ ਪੈਣੀ ਹੈ
आओ सामने 13वां नंबर जोड़न के लिए मुंडे पूरे तैयार वर तैयार रहे हैं। आओ सामने भी जंग का मैदान ते भावे खेड़ का मैदान राजे खेले तली ते टकाउणी पैंदी जान। आओ चिप कढ के यारा ने किल कढ के ते कीती ठोक के तसल्ली नाल झट मित्रो राजे खेले हत्त का भी सिरा हो गया। आओ झड़की शरीरां नालों कंड मित्रो राजे खेले अत का भी सिरा हो गया। आओ झड़की शरीरां नालों कंड मित्रो नंबर 13वां जोड़ता मुंडिया ने लैवी जोत मार विसल। आ 14वां नंबर जोड़न के लिए मुंडे तैयार बर तैयार है। पहला सैमी इधर चल रहा है दूजा सैमी इस तो बाद आप दो नंबर गिराने जल्दी चलावे जोत करा मेरा वीर ते फाइनल मैच अपने को बाकी रह जाना है। इधर बाबा नंबर जोड़ गया है आ कहते शास्त्री है कलाकार है पर कहते मुंडा दुनिया का स्टार बन गया है वड्डा कहते मल है मचदा ग्यार है वालीवाल का मेरे मित्रों गभरू ने कहते कमाल ही कर दी आओ बल्ले फिर आ गया फिर बल्ले बल्ले बाल आउट है देखो बी केड़ी जाती है उधर भी दो टीमां तगड़ियां ने बाकी चले दी आ गेम काले कर रहे स्टार्ट यार इन्हें बेचारे ने खड़ा है बा ठीक है चैने वाल ही चली जाता फिर अमर तो चैने वाल ही चलता शास्त्री ना चैने वाल लीड है 13-5 नाल चौदह हो गए फिर 14 गेम हो गया लास्ट यार की हो गया मैं आजू इधर आजू मैं कोई नहीं दो दिने नंबर हो गए यार मैं तो ओदी आ जाना इधरों निबड़ गया जो तू मैच चलाओगे दो नंबर गेम है रे भाई थी अड़ गए किन्ने हो गए भाई 14 हो गए भाई 15 हो गए 16 17 दे यार 15 हो गए 15 हो गए 17 दा 15 दे 4 15 ਦੇ 5 ਦੀ ਟੱਕਰ ਹੈ ਸਾਹਮਣੇ ਸਰਵਿਸ ਕਰਨ ਦੇ ਲਈ ਮੁੰਡੇ ਤਿਆਰ ਬਰ ਤਿਆਰ ਹੈ ਆਪਾਂ ਵੀ ਜਾਣੇ ਆ ਉਧਰ ਹੀ ਜਾਣੇ ਆ ਵੀਰੇ ਮੈਚ ਹੈ ਆ ਨੰਬਰ ਜੋੜਨ ਦੇ ਲਈ ਫੇਰ ਦੋ ਨੰਬਰ ਦੇਖੋ ਫਿਰ ਉਧਰ ਹੀ ਜਾਵਾਂਗੇ ਵੀਰੇ ਉਧਰ ਤਿਆਰ ਬਰ ਤਿਆਰ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਵੀ ਆ ਨੰਬਰ ਜੇ ਜੁੜ ਜਾਵੇ ਸਾਹਮਣੇ ਖੇਡ ਦੇ ਮੈਦਾਨ 'ਚ 16ਵਾਂ ਨੰਬਰ ਜੋੜਨ ਦੇ ਲਈ ਮੁੰਡਾ ਤਿਆਰ ਬਰ ਤਿਆਰ ਹੈ ਆ ਢਾਬਾਲਾ ਜੋੜੂਗਾ ਤੇ ਜਾਂ ਫਿਰ ਨੈਟਾਂ ਦੇ ਕਮਾਲ ਕਰਨੀ ਹੈ ਇਹਦੇ ਸਮੇਂ ਦੀਆਂ ਬਾਤਾਂ ਨੇ ਮੇਰੇ ਮਿੱਤਰੋ ਮੈਚ ਬੜਾ ਤਗੜਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਪੈਂ ਚਾਹ ਬਈ ਯਾਰ चाह तो बीरा कुर है गया जानो उधर पे आयो एक लाई वाले चाह फिर हो रहा गया मुंडा कम पक्का कर टेंशन
ਨਾਲੇ ਲਾਈਟਾਂ ਲੂਟਾਂ ਪਾ ਜਿੰਨੀਆਂ ਮਰਜ਼ੀ ਲਾ ਲਈਏ ਉਹ ਪ੍ਰਬੰਧ ਹੁੰਦਾ ਹੀ ਮੰਨ ਗੱਲ ਸੀ ਨਹੀਂ ਬੱਲਾਂ ਬੜੀ ਲੱਗਦੀਆਂ ਨਾ ਬੜੀਆਂ 15 ਬੱਲਾਂ ਖਰਾਬ ਹੋ ਜਾਂਦੀਆਂ लास्ट आ गया वीरे लास्ट आ गया जी लास्ट पॉइंट आ गया जी लास्ट नंबर आ गया जी इधर ਦੇ ਪਾਸੇ ਲਾਸਟ ਪੁਆਇੰਟ ਬਈ ਜਿੱਤਾ ਹਾਰ ਦੇ ਫੈਸਲੇ ਹੋਣ ਜਾ ਰਹੇ ਆ ਆਪਾਂ ਖੇੜੀ ਮਾਰ ਸਕਦੇ ਆ ਬੰਦੇ ਕਹਿੰਦੇ ਕਮਾਲ ਕਰ ਦਿੱਤੀ ਹੈ ਖਰਾਬ ਦੇ ਮੈਚ ਦੇ ਲੱਗੇ ਆ ਵੀਰੇ ਆਸੇ ਪਾਸੇ ਦੁਨੀਆ ਦੀ ਚਰਚਾ ਹੋ ਰਹੀ ਹੈ ਜਿਹੜੇ ਲਾਈਵ ਤੱਕ ਰਹੇ ਆ ਉਹ ਵੀ ਦੱਸ ਰਹੇ ਵੀ ਢਾਬਾਂ ਨੇ ਅੱਜ ਮੇਲਾ ਲੁੱਟਿਆ ਹੈ ਆਓ ਸਾਹਮਣੇ ਕਮਾਲ ਹੋ ਗਈ ਹੈ ਨੰਬਰ ਲਾਸਟ ਹੈ ਜਿੱਤਾਂ ਹਾਰਾਂ ਦੇ ਫੈਸਲੇ ਹੋਣਗੇ ਮੇਰੇ ਮਿੱਤਰੋ ਆ ਇੱਕ ਪੁਆਇੰਟ ਰਹਿ ਗਿਆ ਸ਼ਾਸਤਰੀ ਹੈ ਜੇ ਰੋਕਿਆ ਜਾਣਾ ਤੇ ਰੋਕ ਲਾ ਢਾਬਾ ਵਾਲੇ ਨੂੰ ਆ ਜੇ ਰੋਕਿਆ ਜਾਂਦਾ ਨਾ ਤੇ ਯੂਪੀ ਵਾਲਿਆ ਰੋਕ ਲਾ ਨਹੀਂ ਉਹ ਮੈਨੂੰ ਲੱਗਦਾ ਆਓ ਪੌਂ 47 ਤੋਂ ਪਹਿਲਾਂ ਵੇਲੇ 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 ਹਾਏ ਰੱਬਾ ਵੀ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਦੇ ਘੜਿਆ ਚੜ੍ਹਾ ਤੋਂ ਮੈਨੂੰ ਲਾ ਦੇ ਪਾਰ ਵੇ 5-16 ਦੀ ਟੱਕਰ ਹੈ ਉਧਰਲੇ ਪਾਸੇ ਵੀ ਮੈਚ ਸ਼ੁਰੂ ਹੋ ਚੁੱਕਿਆ ਦੂਜਾ ਸੈਮੀ ਹੈ ਆ ਗਈ ਹੈ ਟੀਮ ਇੱਕ ਪਾਸੇ ਖਨਾਲ ਸੀ ਦੀ ਤੇ ਖੇੜੀ ਮਾਨ ਸਿੰਘ ਦੇ ਚੋਬਰਾਂ ਦੇ ਨਾਲ ਟੱਕਰ ਹੈ ਮੈਚ ਉਹ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਹਾਂਜੀ ਹਾਂਜੀ ਗੁਰਵੀਰ ਵੀਰੇ ਇੱਕ ਉਹ ਸੁਣਾ ਯਾਰ ਦਿਲਸਾਲ ਮੇਰੀ ਫਿਰ ਮੈਂ ਵੀ ਕਰ ਪੂਰੀ ਨਡਿਆਲੇ ਵਾਲਾ ਜਿਹੜਾ ਚਾਹ ਪੀ ਲਾ ਕੋਈ ਨੀ ਆਪਣੇ 2 ਘੰਟੇ ਹੱਥ ਸੂਰਜ ਕਰੀਏ ਬਈ ਜਾਂਦੇ ਆ ਉਧਰ ਹੀ ਗੁਰਵੀਰ ਜਾਂਦੇ ਆ ਤੁਹਾਨੂੰ ਲੱਭਣਾ ਨੀ ਪੇਜ ਸਵੇਰ ਦਾ ਨੀ ਲੱਭਿਆ ਕਿਸੇ ਨੂੰ ਉਹ ਸ਼ੂਟਿੰਗ ਵਾਲੀਬਾਲ ਪੰਜਾਬ ਆ ਵੀਰੇ ਪੇਜ ਦਾ ਨਾਮ ਉਹਦਾ ਰੋਕ ਲਿਓ ਵੀਰੇ ਉਹ ਇੱਟ ਜੀ ਉਹ ਹੋ ਗਈ ਅਮਰੀਕਾ ਕਰ ਜਾ ਕੇ ਠੀਕ ਪੰਗਾ ਲੈਣਾ ਹੋਣਾ ਬੰਦਾ
लास्ट नंबर है जी इधर लास्ट नंबर है उधरले पासे दूजा सेमीफाइनल मैच शुरू हो चुका है खेड़ी मार से टीम सेमी है मेरे एक नंबर दूरा चैने वाला सेमी को बनया है इधर जिन्हें भी भरा साडे लाइव तक रहे हैं मैं बहुत वड्डा धन्नवाद कर दिया है आओ सामने खेड इधर पासे लास्ट नंबर है मैनू लगता भी भंगड़े पाउणगे जे आ पॉइंट तू जोड़ गया ना फिर इन्होंने भंगड़े पाने हैं एक पॉइंट की खेड बाकी है आओ जिता हारा के फैसले हो जा रहे हैं मेरे मित्रों आ लास्ट नंबर कौन जोड़ता मेरे मित्रों भी ढाबा लिया जोड़ खा आ दुनिया की अख तेरे दे है भी आ लास्ट टप्पा भी शेरू ने पाना मेरे मित्रों आ कहते पारस का चुटी का यार है तो यारी कहते पक्की आ सचिन के नाल लास्ट नंबर कौन जोड़ता आ गया आओ बल्ले पर गल नहीं बड़ी ढाबा चेंज हो गई ने किन्ने किन्ने पॉइंट है जी नौ दस ठीक है जी आओ दस नंबर है खनाल दी दूजे पासे उधरले पासे भी शहबाजपुरे का सत्ता दुनिया नूं दस्या भी तूफान है वेड़ी कहिंदे वड्डा मल है पर हाले जसे अर्गे खड़े आ ग्राउंड च राजेश अर्गे पूरे फिट है पहले कहते कमाल दे नंबर मुंडिया ने जोड़ दिते है इधर एक पॉइंट जिहड़ा बाकी है भी टैल्स तो बिना टुटे साइकिल ते आउंदा सी तैनूं मिलण दा मारा आओ मैं खड़ा रहिंदा सी अरीना दी सटार पक दे ते तू आउंदी नहीं सी ला के लारा ते ढाई साल तेरे पिछे ऐनी काटदे भाई होवी नरकां तो भड़ी चूना जदों नवियां फरेडां नूं तू मैसेज करदी है ओह भी तैनूं मैं लै के दित्ता आईफोन है आओ वड्डिया घराणा तेरे हथ जुड़ गए ताइयों बठल बूटा बज गया तेरी मत ते है ते पहली मुलाकात चेते कर लै भाई जदों मिली सी पीजा हट दे मेरे ही कारना दे चक्कियां तू गुच्ची दियां महंगियां महंगियां जीना ते शीशियां शनैल दे सेंट दियां तिन टुटियां चस्तियां घोड़ियां आ तेरे फाइनल च वीरे यूपी नूं हरा के इन्हां चीजां दा सिखो